ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਮਿਕਸ ਜੀਕੇ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਜਿਸ ਦੇ ਵਿੱਚ ਤੁਹਾਨੂੰ ਹਿਸਟਰੀ ਦੇ ਵੀ ਕੁਐਸਚਨ ਦੇਖਣ ਨੂੰ ਮਿਲਣਗੇ ਅਤੇ ਸਾਇੰਸ ਦੇ ਵੀ ਮਿਲਣਗੇ ਤਾਂ ਹਾਂਜੀ ਜਿਹੜੇ ਵੀ ਸਟੂਡੈਂਟ ਨੈਪਸਿਲਦਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਕਿਉਂਕਿ ਸਾਰੇ ਇਹ ਕੁਸ਼ਨ ਅਲਗ-ਅਲਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟਡ ਨੇ ਟਾਈਮ ਬਹੁਤ ਥੋੜਾ ਏ ਤੁਹਾਡੇ ਕੋਲੇ ਤੇ ਅਸੀਂ ਵੀ ਜ਼ਿਆਦਾ ਗੱਲਾਂ ਕਰਕੇ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਅਸੀਂ ਆਪਣੀ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਕੁਸ਼ਨ ਨੰਬਰ 1 ਮਾਈ ਐਕਸਪੈਰੀਮੈਂਟ ਵਿਦ ਟਰੂਥ ਦਾ ਲੇਖਕ ਕੌਣ ਹੈ ਹਾਂਜੀ ਮਾਈ ਐਕਸਪੈਰੀਮੈਂਟ ਵਿਦ TRUTH ਦਾ ਲੇਖਕ ਹਰੇਕ ਕੁਐਸ਼ਨ ਨੂੰ ਅਟੈਂਪਟ ਕਰਨ ਦੇ ਲਈ ਤੁਹਾਨੂੰ 3 ਸੈਕਿੰਡ ਦਿੱਤੇ ਜਾਣਗੇ ਤੇ ਲਾਸਟ ਦੇ ਵਿੱਚ ਜਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਡੇ ਕਿੰਨੇ ਕੁਐਸ਼ਨ ਸਹੀ ਗਏ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ A D ਗਾਂਧੀ ਜੀ ਗਾਂਧੀ ਜੀ ਦੀ ਲਿਖੀ ਹੋਈ ਇਹ ਬੁੱਕ ਆ ਮਾਈ ਐਕਸਪੈਰੀਮੈਂਟ ਵਿਦ TRUTH ਇਸ ਦੇ ਲੇਖਕ ਆ ਗਾਂਧੀ ਜੀ ਨੈਕਸਟ ਕੁਐਸ਼ਨ ਮੋਤੀ لال 네ਹਰੂ ਅਤੇ ਚਿੰਤ ਰਜਨ ਦਾਸ ਕਿਸ ਦੇ ਸੰਸਥਾਪਕ ਸੀ ਮੋਤੀ لال 네ਹਰੂ ਅਤੇ ਚਿੰਤ ਰਜਨ ਦਾਸ ਸਵਰਾਜ ਪਾਰਟੀ ਦੇ ਸੰਸਥਾਪਕ ਸੀ ਆਪਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਇੰਡੀਆ ਵਿਨਸ ਫਰੀडम ਕਿਸ ਦੀ ਆਤਮਕਥਾ ਹੈ ਹਾਂਜੀ ਇੰਡੀਆ ਵਿਨਸ ਫਰੀडम ਅਬਦੁਲ ਕਲਾਮ ਦੀ ਆਤਮਕਥਾ ਹੈ ਆਪਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਰਦਾਰ ਵੱਲਭਾਈ ਪਟੇਲ ਕਿਸ ਹੋਰ ਨਾਮ ਨਾਲ ਜਾਣੇ ਜਾਂਦੇ ਹਨ ਹਾਂਜੀ ਸਰਦਾਰ ਵੱਲਭਾਈ ਪਟੇਲ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਈਡੀ ਭਾਰਤ ਦਾ ਬਿਸਮਕ ਭਾਰਤ ਦਾ ਬਿਸਮਕ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸਰਦਾਰ ਵੱਲਭਾਈ ਪਟੇਲ ਨੂੰ ਨੈਕਸਟ ਕੁਐਸ਼ਨ ਕਿਸਨੇ ਕਿਹਾ ਹੈ ਕਿ ਸਾਈਮਨ ਕਮਿਸ਼ਨ ਦੀ ਰਿਪੋਰਟ ਕੂੜੇ ਦੇ ਵਿੱਚ ਸੁੱਟਣ ਦੇ ਲਾਇਕ ਹੈ ਹਾਂਜੀ ਇਹ ਕਥਨ ਕਿਹਦਾ ਵਾ ਜਾਂ ਫਿਰ ਇਹ ਕਿਸਨੇ ਕਿਹਾ ਸੀ ਕਿ ਸਾਈਮਨ ਕਮਿਸ਼ਨ ਦੀ ਰਿਪੋਰਟ ਕੂੜੇ ਦੇ ਵਿੱਚ ਸੁੱਟਣ ਦੇ ਲਾਇਕ ਆ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਈਡੀ ਸ਼ਿਵ ਸੁਆਮੀ ਅਯਰ ਨੇ ਸ਼ਿਵ ਸੁਆਮੀ ਅਯਰ ਨੇ ਕਿਹਾ ਸੀ ਕਿ ਸਾਈਮਨ ਕਮਿਸ਼ਨ ਦੀ ਰਿਪੋਰਟ ਕੂੜੇ ਦੇ ਵਿੱਚ ਸੁੱਟਣ ਦੇ ਲਾਇਕ ਆ ਨੈਕਸਟ ਕੁਐਸਚਨ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਗਾਂਧੀ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਸੀ ਹਾਂਜੀ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਗਾਂਧੀ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਸੀ 9 ਅਗਸਤ 1942 ਨੂੰ ਆਪਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ 9 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਗਾਂਧੀ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਨੈਕਸਟ ਕੁਐਸ਼ਨ ਹਾਂਜੀ ਇਸ ਦੇ ਵਿੱਚ ਤੁਹਾਨੂੰ ਮਹੱਤਵਪੂਰਨ ਕੁਝ ਤੱਤ ਦਿੱਤੇ ਹੋਏ ਆ ਜਿੱਦਾਂ ਵਿਨੋਬਾ ਭਾਵੇਂ ਕਾਦੇ ਨਾਲ ਸਬੰਧਿਤ ਸੀ ਪ੍ਰਧਾਨ ਦੇ ਨਾਲ ਮੇਦਾ ਪਟੇਕਰ ਇਹ ਨਰਮਦਾ ਬਚਾਓ ਦੇ ਨਾਲ ਸੰਬੰਧਿਤ ਸੀ ਸੁੰਦਰ ਲਾਲ ਬਹੁ ਗੁਣਾ ਇਹ ਚਿਪਕੋ ਅੰਦੋਲਨ ਦੇ ਨਾਲ ਸੰਬੰਧਿਤ ਸਨ ਜੈ ਪ੍ਰਕਾਸ਼ ਨਾਰਾਇਣ ਇਹ ਸੰਪੂਰਨ ਕ੍ਰਾਂਤੀ ਦੇ ਨਾਲ ਸੰਬੰਧਿਤ ਸੀ ਸੰਪੂਰਨ ਕ੍ਰਾਂਤੀ ਦੇ ਨਾਲ ਨੈਕਸਟ ਕੁਐਸਚਨ ਕਿਸ ਨੇ ਸਾਲ 1905 ਵਿੱਚ ਬੰਗਾਲ ਦਾ ਵਿਭਾਜਨ ਕੀਤਾ ਸੀ ਹਾਂਜੀ 1905 ਦੇ ਵਿੱਚ ਕਿਸ ਨੇ ਬੰਗਾਲ ਦਾ ਵਿਭਾਜਨ ਕੀਤਾ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸ ਲਾਰਡ ਕਰਜ਼ਨ ਨੇ ਲਾਰਡ ਕਰਜ਼ਨ ਨੇ ਵਿਭਾਜਨ ਕੀਤਾ ਸੀ ਬੰਗਲਾ ਬੰਗਾਲ ਦਾ ਠੀਕ ਹੈ 1905 ਦੇ ਵਿੱਚ ਨੈਕਸਟ ਕੁਐਸਚਨ ਬ੍ਰਹਮੋ ਸਮਾਜ ਦਾ ਸੰਸਥਾਪਕ ਕੌਣ ਸੀ ਹਾਂਜੀ ਬ੍ਰਹਮੋ ਸਮਾਜ ਦੇ ਸੰਸਥਾਪਕ ਕੌਣ ਸੀ অপਸ਼ਨ ਨੰਬਰ ਈ ਇਸ ਆ ਰਾਈਟ ਆਨਸਰ ਰਾਜਾ ਰਾਮ ਮੋਹਨ ਰਾਏ ਰਾਜਾ ਰਾਮ ਮੋਹਨ ਰਾਏ ਬ੍ਰਹਮੋ ਸਮਾਜ ਦੇ ਸੰਸਥਾਪਕ ਸੀ ਨੈਕਸਟ ਕੁਐਸ਼ਨ 1857 ਦਾ ਵਿਦਰੋਹ ਕਿਸ ਦੇ ਦੁਆਰਾ ਆਰੰਭ ਕੀਤਾ ਗਿਆ ਸੀ ਹਾਂਜੀ 1857 ਦਾ ਵਿਦਰੋਹ ਕਿਸ ਦੇ ਦੁਆਰਾ ਆਰੰਭ ਕੀਤਾ ਗਿਆ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਊੜਾ ਸਿਪਾਹੀ ਦੁਆਰਾ ਸਿਪਾਹੀਆਂ ਦੁਆਰਾ ਆਰੰਭ ਕੀਤਾ ਗਿਆ ਸੀ 1857 ਦਾ ਵਿਦਰੋਹ ਨੈਕਸਟ ਕੁਐਸ਼ਨ ਕਾਂਗਰਸ ਛੱਡਣ ਤੋਂ ਬਾਅਦ ਸੁਭਾਸ਼ ਚੰਦਰ ਬੋਸ ਨੇ 1939 ਵਿੱਚ ਕਿਸ ਦਲ ਦਾ ਗਠਨ ਕੀਤਾ ਹਾਂਜੀ ਕਾਂਗਰਸ ਛੱਡਣ ਤੋਂ ਬਾਅਦ ਸੁਭਾਸ਼ ਚੰਦਰ ਬੋਸ ਨੇ 1939 ਦੇ ਵਿੱਚ ਫਾਰਵਰਡ ਬਲੌਕ ਦਾ ਗਠਨ ਕੀਤਾ ਸੀ ਫਾਰਵਰਡ ਬਲੌਕ ਦਲ ਦਾ ਗਠਨ ਕੀਤਾ ਸੀ 1939 ਦੇ ਵਿੱਚ ਸੁਭਾਸ਼ ਚੰਦਰ ਬੋਸ ਜੀ ਨੇ ਉਹ ਵੀ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਨੈਕਸਟ ਕੁਐਸਚਨ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਕੌਣ ਸੀ ਹਾਂਜੀ ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਸੀ ਸੀ ਰਾਜੋ ਗੋਪਾਲ ਚਾਰੀਆ ਆਪਸ਼ਨ ਨੰਬਰ ਆੜਾ ਇਜ਼ ਅ ਰਾਈਟ ਆਂਸਰ ਨੈਕਸਟ ਕੁਐਸ਼ਨ 26 ਨਵੰਬਰ 1949 ਦਾ ਦਿਨ ਆਪਣੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਕਿਉਂ ਮੰਨਿਆ ਜਾਂਦਾ ਹੈ ਹਾਂਜੀ ਇੱਕ ਵਾਰੀ ਅਸੀਂ ਇੰਪੋਰਟੈਂਟ ਨੋਟ ਪੜ੍ਹ ਲੈਣੇ ਆ ਕਿ ਕੀ ਕੀ ਲਿਖੀਆਂ ਹੋਈਆਂ ਆਪਸ਼ਨਸ ਭਾਰਤ ਨੂੰ ਇਸ ਦਿਨ ਆਜ਼ਾਦੀ ਮਿਲੀ ਸੀ ਜਾਂ ਫਿਰ ਇਸ ਦਿਨ ਸੰਵਿਧਾਨ ਨੂੰ ਸਵੀਕਾਰ ਕੀਤਾ ਗਿਆ ਸੀ ਜਾਂ ਫਿਰ ਪਹਿਲਾ ਸੰਵਿਧਾਨ ਦਾ ਸੰਸ਼ੋਧਨ ਇਸੇ ਦਿਨ ਹੋਇਆ ਸੀ ਜਾਂ ਫਿਰ ਇਸ ਦਿਨ ਗਨਤੰਤਰ ਦਿਵਸ ਘੋਸ਼ਿਤ ਕੀਤਾ ਗਿਆ ਸੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਆੜਾ 26 ਨਵੰਬਰ 1900 49 ਦਾ ਦਿਨ ਆਪਣੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਇਸ ਕਰਕੇ ਮੰਨਿਆ ਜਾਂਦਾ ਕਿਉਂਕਿ ਇਸ ਦਿਨ ਸੰਵਿਧਾਨ ਨੂੰ ਸਵੀਕਾਰ ਕੀਤਾ ਗਿਆ ਸੀ ਨੈਕਸਟ ਕੁਐਸ਼ਨ ਭਾਰਤ ਵਿੱਚ ਸਭ ਤੋਂ ਪਹਿਲਾਂ ਕੌਣ ਆਏ ਸੀ ਹਾਂਜੀ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਆਏ ਸੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਉੜਾ ਪੁਰਤਗਾਲੀ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪੁਰਤਗਾਲੀ ਆਏ ਸੀ ਨੈਕਸਟ ਕੁਐਸ਼ਨ ਬਾਸਕੋਡੀ ਗਾਮਾ ਭਾਰਤ ਕਦੋਂ ਆਇਆ ਸੀ ਹਾਂਜੀ ਬਾਸਕੋੜੀ ਗਾਮਾ ਭਾਰਤ ਕਦੋਂ ਆਏ ਸੀ 옵ਸ਼ਨਸ ਤੁਸੀਂ ਦੇਖ ਸਕਦੇ ਹੋ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਆੜਾ 1998 ਦੇ ਵਿੱਚ 1998 ਦੇ ਵਿੱਚ ਬਾਸਕੋੜੀ ਗਾਮਾ ਭਾਰਤ ਆਏ ਸੀ ਹਾਂਜੀ ਜਿਹੜੇ ਸਟੂਡੈਂਟਸ ਕਾਪੀ ਪੈਨ ਨਹੀਂਗਾ ਤੁਹਾਡੇ ਕੋਲੇ ਬਾਈ ਚਾਂਸ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਆਪਣੇ ਆਨਸਰ ਸੈਂਡ ਕਰ ਸਕਦੇ ਹੋ ਹਾਂਜੀ ਅੱਗੇ ਨੈਕਸਟ ਕੁਐਸਚਨ ਹੈ ਤੁਹਾਨੂੰ ਦਿੱਤਾ ਹੋਇਆ ਗਾਂਧੀ ਜੀ ਨੇ ਕਿਸ ਗਾਂਧੀ ਜੀ ਨੇ ਕਿਸ ਧਾਰਮਿਕ ਗ੍ਰੰਥ ਨੂੰ ਆਪਣੀ ਮਾਤਾ ਕਿਹਾ ਹੈ? ਹਾਂਜੀ ਗਾਂਧੀ ਜੀ ਨੇ ਭਗਵਤ ਗੀਤਾ ਧਾਰਮਿਕ ਗ੍ਰੰਥ ਹੈ ਇਸ ਨੂੰ ਆਪਣੀ ਮਾਤਾ ਕਿਹਾ ਹੈ অপਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਸ ਨੇ ਕਿਹਾ ਸੀ ਕਿ ਦੇਸ਼ ਭਗਤੀ ਧਰਮ ਹੈ ਅਤੇ ਧਰਮ ਭਾਰਤ ਦੇ ਲਈ ਪਿਆਰ ਹੈ? ਹਾਂਜੀ ਇਹ ਕਥਨ ਕਿਸ ਦਾ ਹੈ ਕਿ ਦੇਸ਼ ਭਗਤੀ ਧਰਮ ਹੈ ਅਤੇ ਧਰਮ ਭਾਰਤ ਦੇ ਲਈ ਪਿਆਰ ਹੈ? ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਵੈਂਕੇਮ ਚੰਦਰ ਚਟਰਜੀ ਨੇ ਵੈਂਕੇਮ ਚੰਦਰ ਚਟਰਜੀ ਦਾ ਇਹ ਕਥਨ ਹੈ ਕਿ ਦੇਸ਼ ਭਗਤੀ ਧਰਮ ਹੈ ਅਤੇ ਧਰਮ ਭਾਰਤ ਦੇ ਲਈ ਪਿਆਰ ਹੈ ਨੈਕਸਟ ਕੁਐਸਚਨ ਜਨ ਗਨ ਮਨ ਜੋ ਗਾਣ ਸੀ ਇਸ ਦਾ ਪੁਰਾਣਾ ਨਾਮ ਕੀ ਸੀ ਹਾਂਜੀ ਜਨ ਗਨ ਮਨ ਇਹਦਾ ਨਾਮ ਪੁਰਾਣਾ ਕੀ ਸੀਗਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਊੜਾ ਭਾਰਤ ਵਿਦਾਤਾ ਜਾਨ ਗਨ ਮਨ ਦਾ ਪੁਰਾਣਾ ਨਾਮ ਭਾਰਤ ਵਿਦਾਤਾ ਸੀ ਨੈਕਸਟ ਕੁਐਸਚਨ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਕਿਸ ਨੇ ਦਿੱਤਾ ਸੀ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਭਗਤ ਸਿੰਘ ਨੇ ਦਿੱਤਾ ਸੀ অপਸ਼ਨ ਨੰਬਰ এ ইজ ザ রাইট ਆਂਸਰ ਨੈਕਸਟ ਕੁਐਸਚਨ ਜੰਗ ਇੰਡੀਆ ਇੰਡੀਆ ਅਤੇ ਹਰੀਜ਼ਨ ਦੇ ਸੰਸਥਾਪਕ ਕੌਣ ਸੀ ਹਾਂਜੀ ਜੰਗ ਇੰਡੀਆ ਅਤੇ ਹਰੀਜ਼ਨ ਦੇ ਸੰਸਥਾਪਕ ਮਹਾਤਮਾ ਗਾਂਧੀ ਸੀ অপশন নাম্বার ইডি ইজ দা রাইট आंसर नेक्स्ट क्वेश्चन ਭਾਰਤ ਵਿੱਚ ਆਉਣ ਵਾਲਾ ਪਹਿਲਾ ਬ੍ਰਿਟਿਸ਼ ਜਹਾਜ਼ ਦਾ ਨਾਮ ਦੱਸੋ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹਾਂਜੀ ਭਾਰਤ ਦੇ ਵਿੱਚ ਪਹਿਲਾ ਬ੍ਰਿਟਿਸ਼ ਜਹਾਜ਼ ਕਿਹੜਾ ਆਇਆ ਸੀਗਾ রাইਟ ਆਨਸਰ ਹੈ ਜੀ অপশন ਨੰਬਰ ਊੜਾ ਰੈੱਡ ਡ੍ਰੈਗਨ ਦਾ অপশন ਨੰਬਰ ਊੜਾ ਇਜ਼ ਦਾ রাইਟ ਆਨਸਰ ਰੈੱਡ ਡ੍ਰੈਗਨ ਦਾ ਜਹਾਜ਼ ਸੀ ਜਿਹੜਾ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਆਇਆ ਸੀ ਨੈਕਸਟ ਕੁਐਸਚਨ ਨਵੇਂ ਭਾਰਤ ਦਾ ਪੈਗੰਬਰ ਕਿਸ ਨੂੰ ਕਿਹਾ ਜਾਂਦਾ ਹੈ ਨਵੇਂ ਭਾਰਤ ਦਾ ਪੈਗੰਬਰ ਸ਼੍ਰੀ ਰਾਮ ਕ੍ਰਿਸ਼ਨ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਸ ਨੇ ਕਿਹਾ ਸੀ ਕਿ ਸਵਰਾਜ਼ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਗਾ ਹਾਂਜੀ ਇਹ ਗੱਲ ਕਿਸ ਨੇ ਕਹੀ ਸੀ ਕਿ ਸਵਰਾਜ਼ ਮੇਰਾ ਜਨਮ ਸਿੱਧ ਅਧਿਕਾਰ ਹੈ ਤੇ ਮੈਂ ਇਸ ਨੂੰ ਲੈ ਕੇ ਰਵਾਂਗਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਅੜਾ ਬਾਲ ਗੰਗਾਦਰ ਤਿਲਕਦਨੀ ਗਈ ਸੀ ਨੈਕਸਟ ਕੁਐਸ਼ਨ ਕੋਕਰੀ ਕਾਂਡ ਦਾ ਨੇਤਾ ਕੌਣ ਸੀ ਹਾਂਜੀ ਕੋਕਰੀ ਕਾਂਡ ਦਾ ਨੇਤਾ ਸੀ ਲਾਲਾ ਲਾਜਪਤਰਾਏ ਸੌਰੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਸਸਾ ਰਾਮ ਪ੍ਰਸ਼ਾਦ ਬਿਸਮਿਲ ਕੋਕਰੀ ਕਾਂਡ ਦਾ ਨੇਤਾ ਸੀ ਰਾਜ ਰਾਮ ਪ੍ਰਸ਼ਾਦ ਬਿਸਮਿਲ ਨੈਕਸਟ ਕੁਐਸ਼ਨ ਲਖਨਊ ਸਮਝੌਤਾ ਕਿਸ ਕਿਸ ਵਿਚਾਲੇ ਹੋਇਆ ਸੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਆੜਾ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚਕਾਰ ਲਖਨਊ ਦਾ ਸਮਝੌਤਾ ਹੋਇਆ ਸੀ ਪ੍ਰਕਾਸ਼ ਦੀ ਚਾਲ ਕਿੰਨੀ ਹੁੰਦੀ ਹੈ ਹਾਂਜੀ ਪ੍ਰਕਾਸ਼ ਦੀ ਚਾਲ ਕਿੰਨੀ ਹੁੰਦੀ ਹੈ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ 3 ਲੱਖ ਹੁੰਦੀ ਹੈ ਨੈਕਸਟ ਵਰਸ਼ਨ ਹਾਂਜੀ ਨੈਕਸਟ ਪ੍ਰਕਾਸ਼ ਦੇ ਨਾਲ ਸੰਬੰਧਿਤ ਕੁਝ ਇੰਪੋਰਟੈਂਟ ਫੈਕਟ ਹੈ ਜਿਵੇਂ ਸੂਰਜ ਦਾ ਪ੍ਰਕਾਸ਼ ਧਰਤੀ ਤੇ 8 ਮਿੰਟ ਦੇ ਵਿੱਚ ਪਹੁੰਚਦਾ ਹੈ ਅਤੇ ਸੂਰਜ ਦਾ ਤਾਪਮਾਨ 6500 ਹੁੰਦਾ ਵਾ ਸੂਰਜ ਦੇ ਵਿੱਚ ਹਾਈਡਰੋਜਨ ਗੈਸ ਸਭ ਤੋਂ ਜ਼ਿਆਦਾ ਹੁੰਦੀ ਹੈ ਸਾਊਂਡ ਦੇ ਨਾਲੋਂ ਪ੍ਰਕਾਸ਼ ਦੀ ਸਪੀਡ ਜ਼ਿਆਦਾ ਤੇਜ਼ ਹੁੰਦੀ ਹੈ ਤੇ ਉਦਾਹਰਨ ਬਿਜਲੀ ਦਾ ਚਮਕਣਾ ਅਤੇ ਬੱਦਲਾਂ ਦਾ ਗਰਜਣਾ ਨੈਕਸਟ ਕੁਐਸ਼ਨ ਹੈ ਜੀ ਹੇਠ ਲਿਖਿਆਂ ਦੇ ਵਿੱਚ ਕਿਸ ਨੇ ਦੱਸਿਆ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਨਾ ਕਿ ਸੂਰਜ ਧਰਤੀ ਦੇ ਦੁਆਲੇ ਤਾਂ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਕੋਪਰਨਿਕਸ ਨੇ ਦੱਸਿਆ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਨਾ ਕਿ ਸੂਰਜ ਧਰਤੀ ਦੇ ਦੁਆਲੇ ਹਾਂਜੀ ਨੈਕਸਟ ਤੁਸੀਂ ਦੇਖ ਸਕਦੇ ਹੋ ਚਾਰ ਮੀਨਾਰ ਕਿਸ ਨੇ ਸਥਾਪਿਤ ਕੀਤਾ ਸੀ ਤਾਂ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਕੋਆਲੀ ਕੁਬਕਸਾਨੀ ਨੈਕਸਟ ਕੁਐਸ਼ਨ ਹਾਂਜੀ ਇਹ ਜਿਹੜਾ ਚਾਰ ਮਿਨਾਰਾ ਇਹ 1591 ਦੇ ਵਿੱਚ ਬਣਾਇਆ ਗਿਆ ਸੀ ਇਹਦੀ ਉਚਾਈ ਵਿਸ਼ 55 ਮੀਟਰ ਆ ਨੈਕਸਟ ਕੁਐਸ਼ਨ ਹੈ ਜੇ ਸਪੋਰਟਸ ਡੇ ਕਿਸ ਦਿਨ ਮਨਾਇਆ ਜਾਂਦਾ ਹੈ ਹਾਂਜੀ ਸਪੋਰਟਸ ਡੇ 29 ਅਗਸਤ ਨੂੰ ਮਨਾਇਆ ਜਾਂਦਾ ਹੈ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਠੀਕ ਹੈ ਕਦੋਂ ਮਨਾਇਆ ਜਾਂਦਾ ਵਾ 29 ਅਗਸਤ ਨੂੰ ਮਨਾਇਆ ਜਾਂਦਾ ਨੈਕਸਟ ਹਾਂਜੀ ਤੁਸੀਂ ਦੇਖ ਸਕਦੇ ਹੋ ਹੁਣ 4 ਫਰਵਰੀ ਨੂੰ ਵਰਲਡ ਕੈਂਸਰ ਡੇ ਮਨਾਇਆ ਜਾਂਦਾ 20 ਫਰਵਰੀ ਨੂੰ ਵਰਲਡ ਡੇ ਆਫ ਸੋਸ਼ਲ ਡੇ ਮਨਾਇਆ ਜਾਂਦਾ ਵਾ 24 ਫਰਵਰੀ ਨੂੰ ਸੈਂਟਰਲ ਐਕਸਰਸਾਈਜ਼ ਦਿਵਸ ਮਨਾਇਆ ਜਾਂਦਾ ਵਾ 28 ਫਰਵਰੀ ਨੂੰ ਨੈਸ਼ਨਲ ਸਾਇੰਸ ਡੇ ਮਨਾਇਆ ਜਾਂਦਾ ਹੈ ਨੈਕਸਟਵਰਸ਼ਨ ਹੈ ਜੀ ਜੋ ਅਸੀਂ ਸਪੋਰਟਸ ਡੇ ਮਨਾਉਂਦੇ ਆ ਇਹ ਅਸੀਂ ਕਿਸ ਦੀ ਯਾਦ ਦੇ ਵਿੱਚ ਮਨਾਉਂਦੇ ਆ राइट right आंसर है जी ऑप्शन नंबर बी मेजर ध्यानचंद्रा दी जात ਦੇ ਵਿੱਚ ਮਨਾਇਆ ਜਾਂਦਾ ਹੈ 스포츠 ਡੇ ਹਾਂਜੀ ਨੈਕਸਟ ਕੁਐਸ਼ਨ ਨੈਪੋਲੀਅਨ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਹੈ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਸਮੁੰਦਰ ਗੁਪਤ ਨੂੰ ਸਮੁੰਦਰ ਗੁਪਤ ਨੂੰ ਨੈਪੋਲੀਅਨ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਨੂੰ ਕਵੀ ਨਾਰਾਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਵੀਨਾ ਬਜਾਉਂਦੇ ਸਨ ਅਤੇ ਕਵਿਤਾ ਵੀ ਗਾਉਂਦੇ ਸਨ ਇਹ ਵੀਨਾ ਬਜਾਉਂਦੇ ਸਨ ਵੀਨਾ ਸਭ ਤੋਂ ਪੁਰਾਣਾ ਸਾਜ਼ ਆ ਇਹਨਾਂ ਨੇ ਸੋਨੇ ਦੇ ਸਿੱਕੇ ਵੀ ਚਲਾਏ ਅਤੇ 6 ਤਰ੍ਹਾਂ ਦੇ ਸਿੱਕੇ ਆ ਜਿਹੜੇ ਇਹਨਾਂ ਨੇ ਚਲਾਈ ਸੀ ਸਿੱਕੇ ਦਾਦਾਬਾਈ ਨਾਰਜੀ ਨੂੰ ਗ੍ਰੈਂਡ 올ਡ ਮੈਨ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਐਜ਼ ਇ ਹਿੰਦੂ ਨਪੋਲੀਅਨ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਹਾਂਜੀ ਪਹਿਲਾਂ ਅਸੀਂ ਕੱਲਾਂ ਨਪੋਲੀਅਨ ਕੀਤਾ ਸੀ ਉਹਨਾਂ ਨਾਲ ਕਿ ਲੱਗਿਆ ਹੋਇਆ ਹਿੰਦੂ ਹਿੰਦੂ ਨਪੋਲੀਅਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਵਾਮੀ ਵਿਵੇਕਾਨੰਦ ਨੂੰ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਇਹਨਾਂ ਦਾ ਜਨਮ ਦਿਨ 12 ਜਨਵਰੀ ਨੂੰ ਵਿਸ਼ਵ ਯੂਥ ਡੇ ਮਨਾਇਆ ਜਾਂਦਾ ਠੀਕ ਹੈ ਇਹਨਾਂ ਦੇ ਜਨਮ ਦਿਨ ਕਦੋਂ ਹੁੰਦਾ 12 ਜਨਵਰੀ ਨੂੰ ਤੇ ਉਦੋਂ ਵਿਸ਼ਵ ਯੂਥ ਡੇ ਮਨਾਇਆ ਜਾਂਦਾ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਹੈ ਜੀ ਮਾਰੋ ਫਿਰੰਗੀ ਨੂੰ ਇਹ ਨਾਰਾ ਕਿਸ ਨੇ ਦਿੱਤਾ ਮਾਰੋ ਫਿਰੰਗੀ ਨੂੰ ਦਾ ਨਾਰਾ ਦਿੱਤਾ ਮੰਗਲ ਪਾਂਡੇ ਨੇ অপਸ਼ਨ ਨੰਬਰ ਡੀ ਇਜ਼ ਅ ਰਾਈਟ ਆਂਸਰ ਹਾਂਜੀ ਮੰਗਲ ਪਾਂਡੇ ਨੇ 19 ਮਾਰਚ 1857 ਦੇ ਵਿੱਚ ਆਪਣਾ ਵਿਦਰੋਹ ਸ਼ੁਰੂ ਕੀਤਾ ਸੀ 8 ਅਪ੍ਰੈਲ ਨੂੰ 1857 ਦੇ ਵਿੱਚ ਫਾਂਸੀ ਦਿੱਤੀ ਗਈ ਸੀ ਇਹ ਵਿਧਰੂ ਵੈરિકਪੁਰ ਸੋਣੀ ਤੋਂ ਸ਼ੁਰੂ ਹੋਇਆ ਸੀ ਇਹ ਵੈરિકਪੁਰ ਬੈਸਟ ਬੰਗਾਲ ਦੇ ਵਿੱਚ ਆ 6 ਅਪ੍ਰੈਲ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਠੀਕ ਹੈ ਤੇ 8 ਅਪ੍ਰੈਲ ਨੂੰ ਫਾਂਸੀ ਦੇ ਦਿੱਤੀ ਗਈ ਸੀ ਇਹ ਵੀ ਤੁਸੀਂ ਯਾਦ ਰੱਖਣਾ ਦੇਖਣਾ ਹੈ ਜੋਰ ਕਿਤਨਾ ਬਾਜੂ ਹੈ ਕਾਤਲ ਮੇ ਇਹ ਕਿਸ ਦਾ ਕਥਨ ਹੈ ਇਕਥਨ ਹੈ ਜੀ ਰਾਮ ਪ੍ਰਸ਼ਾਦ ਬਿਸਮਿਲ ਦਾ অপਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਨੈਕਸਟ ਕੁਐਸ਼ਨ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਦਾ ਨਾਰਾ ਕਿਸ ਨੇ ਦਿੱਤਾ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ অপਸ਼ਨ ਨੰਬਰ ਏ ਅਟਲ ਵਿਹਾਰੀ 바ਸਪਈ ਨੇ ਨੈਕਸਟ ਕੁਐਸ਼ਨ ਹਾਂਜੀ ਪੋਖਰਨ ਦੇ ਵਿੱਚ ਜਦੋਂ ਨਿਊਕਲੀਅਸ ਨਿਊਕਲੀਅਸ ਸੈਟਸ ਸਹੀ ਹੋ ਗਏ ਸੀ ਫਿਰ ਉਹ ਇਹ ਨਾਰਾ ਜਿਹੜਾ ਦਿੱਤਾ ਗਿਆ ਸੀ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਅੱਗੇ ਤੁਹਾਨੂੰ ਕੁਐਸਚਨ ਦਿੱਤਾ ਹੋਇਆ ਹੈ ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ ਸੀ ਹਾਂਜੀ ਮਹਾਤਮਾ ਗਾਂਧੀ ਜੀ ਦਾ ਜਨਮ ਹੋਇਆ ਸੀ 1869 ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਮਹਾਤਮਾ ਗਾਂਧੀ ਜੀ ਦੀ ਮੌਤ ਨੱਥੂ ਨੱਥੂ ਰਾਮ ਗਵਾੜ ਦੁਆਰਾ 30 ਜਨਵਰੀ 1900 48 ਦੇ ਵਿੱਚ ਕਰ ਦਿੱਤੇ ਗਏ ਸੀ ਇਹਨਾਂ ਦੀ ਸਮਾਦ ਨੂੰ ਰਾਜ ਘਾਟ ਕਿਹਾ ਜਾਂਦਾ ਵਾ ਜੋ ਦਿੱਲੀ ਦੇ ਵਿੱਚ ਆ ਸਾਊਥ ਅਫਰੀਕਾ ਦੇ ਵਿੱਚ ਇਹਨਾਂ ਨੇ ਆਪਣਾ ਆਸ਼ਰਮ ਟਾਲ ਸਟੋਏ ਦੇ ਵਿੱਚ ਬਣਾਇਆ ਸੀ ਅਤੇ ਉੱਥੇ ਪੌਲਕ ਨਾਂ ਦਾ ਵਿਅਕਤੀ ਇਹਨਾਂ ਦਾ ਦੋਸਤ ਬਣਿਆ ਸੀ ਨੈਕਸਟ ਕੁਐਸਚਨ ਹੈ ਜੀ ਲੋਕ ਸਭਾ ਵਿੱਚ ਕਿਸ ਆਰਟੀਕਲ ਦੇ ਵਿੱਚ ਆਉਂਦੀ ਹੈ ਹਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਸੰਸਦ ਦੇ ਦੋ ਰੂਪ ਹੁੰਦੇ ਆ ਕਿਹੜੇ-ਕਿਹੜੇ ਸੰਸਦ ਦੇ ਦੋ ਰੂਪ ਹੁੰਦੇ ਲੋਕ ਸਭਾ ਤੇ ਰਾਜ ਸਭਾ ਲੋਕ ਸਭਾ ਲੋਕ ਸਭਾ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਨੂੰ ਕਿਹੜੇ ਆਰਟੀਕਲ ਦੇ ਵਿੱਚ ਮਿਲਦੀ ਆ ਹੁਣ ਇਹ ਤੁਸੀਂ ਦੱਸਣਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ B 81 ਦੇ ਵਿੱਚ ਮਿਲਦੀ ਆ ਠੀਕ ਹੈ ਇਸ ਕੁਐਸਚਨ ਦਾ ਹਾਂਜੀ ਤੇ ਜਿਹੜੀ ਸੰਸਦ ਸੰਸਦ ਜਿਵੇਂ ਸੰਸਦ ਦੇ ਮੈਂ ਤੁਹਾਨੂੰ ਆ ਕਿਹਾ ਕਿ ਦੋ ਪਾਰਟ ਹੁੰਦੇ ਆ ਸੰਸਦ ਸੰਬੰਧੀ ਜਾਣਕਾਰੀ ਸਾਨੂੰ 79 ਦੇ ਵਿੱਚ ਮਿਲਦੀ ਆ ਲੋਕ ਸਭਾ ਸੰਬੰਧੀ ਜਾਣਕਾਰੀ ਸਾਨੂੰ 81 ਦੇ ਵਿੱਚ ਮਿਲਦੀ ਆ ਰਾਜ ਸਭਾ ਸੰਬੰਧੀ ਜਾਣਕਾਰੀ ਸਾਨੂੰ 80 ਦੇ ਵਿੱਚ ਮਿਲਦੀ ਆ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਅਨੁਸ਼ੇਦ 80 ਹਾਂਜੀ ਲੋਕ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ ਪਰ ਰਾਜ ਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਲੋਕ ਸਭਾ ਦੇ ਮੈਂਬਰ ਬਣਨ ਦੇ ਲਈ ਉਮਰ 25 ਸਾਲ ਦੀ ਹੋਣੀ ਚਾਹੀਦੀ ਹੈ ਠੀਕ ਹੈ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਜੇ ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰ ਕਿੰਨੇ ਹੁੰਦੇ ਆ 552 ਮੈਂਬਰ ਹੁੰਦੇ ਆ ਤੇ ਰਾਜ ਸਭਾ ਦੀ ਗੱਲ ਕੀਤੀ ਗਈ ਹੈ ਕਿ ਰਾਜ ਸਭਾ ਦੇ ਵਿੱਚ ਕਾਰਜਕਾਲ 6 ਸਾਲ ਦਾ ਹੁੰਦਾ ਹਰੇਕ 2 ਸਾਲ ਬਾਅਦ ਇਸ ਦੇ 2/3 ਮੈਂਬਰ ਆ ਜਿਹੜੇ ਬਦਲ ਦਿੱਤੇ ਜਾਂਦੇ ਆ ਇਹ 80 ਆਰਟੀਕਲ ਦੇ ਵਿੱਚ ਆਉਂਦੀ ਹੈ ਤੇ ਇਸ ਵਿੱਚ 252 ਮੈਂਬਰ ਹੁੰਦੇ ਆ ਅਤੇ 12 ਮੈਂਬਰ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਚੁਣਦਾ ਹੈ ਠੀਕ ਹੈ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਦੋ ਮੈਂਬਰ ਚੁਣਦਾ ਹੈ ਲੋਕ ਸਭਾ ਦੇ ਵਿੱਚ ਦੋ ਮੈਂਬਰ ਆਪਦੀ ਮਰਜ਼ੀ ਨਾਲ ਚੁਣੇ ਜਾਂਦੇ ਰਾਜ ਸਭਾ ਦੇ ਵਿੱਚ 12 ਮੈਂਬਰ ਆਪਦੀ ਮਰਜ਼ੀ ਨਾਲ ਚੁਣੇ ਜਾਂਦੇ ਰਾਸ਼ਟਰਪਤੀ ਦੁਆਰਾ ਸੰਸਦ ਆਰਟੀਕਲ 79 ਦੇ ਵਿੱਚ ਆਉਂਦੀ ਹੈ ਤੇ ਅਟਾਰਨੀ ਜਰਨਲ ਆਫ ਇੰਡੀਆ ਨੂੰ ਪਹਿਲਾ ਲੋ ਅਫੀਸਰ ਕਿਹਾ ਜਾਂਦਾ ਵਾ ਸਲੈਕਟਰ ਆਫ ਇੰਡੀਆ ਨੂੰ ਦੂਜਾ ਲੋ ਅਫੀਸਰ ਕਿਹਾ ਜਾਂਦਾ ਵਾ ਇਹ ਆਰਟੀਕਲ 70 6 ਦੇ ਵਿੱਚ ਆ ਆਉਂਦੀ ਹੈ ਠੀਕ ਹੈ ਨੈਕਸਟ ਕੁਐਸਚਨ ਹੈ ਜੀ ਭਾਰਤ ਦੇ ਵਿੱਚ ਇੱਕ ਰਾਸ਼ਟਰਪਤੀ ਹੋਵੇਗਾ ਇਹ ਕਿਸ ਆਰਟੀਕਲ ਦੇ ਵਿੱਚ ਦੱਸਿਆ ਗਿਆ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ A ਅਨੁਸ਼ੇਦ 52 ਦੇ ਤਹਿਤ ਭਾਰਤ ਦਾ ਸਿਰਫ ਇੱਕ ਹੀ ਰਾਸ਼ਟਰਪਤੀ ਹੋਵੇਗਾ ਠੀਕ ਹੈ ਨੈਕਸਟ ਕੁਐਸਚਨ ਹਾਂਜੀ ਇਹਦੇ ਵਿੱਚ ਤੁਹਾਨੂੰ ਇੰਪੋਰਟੈਂਟ ਫੈਕਟ ਦੱਸਿਆ ਹੋਇਆ ਵਾ ਆਰਟੀਕਲ 60 ਦੇ ਵਿੱਚ ਰਾਸ਼ਟਰਪਤੀ ਦੀ ਸੋ ਬਾਰੇ ਜਾਣਕਾਰੀ ਮਿਲਦੀ ਆ ਅਤੇ ਆਰਟੀਕਲ 61 ਦੇ ਵਿੱਚ ਇਸ ਨੂੰ ਹਟਾਉਣ ਬਾਰੇ ਦੱਸਿਆ ਗਿਆ ਹੈ ਇਹ ਹਟਾਉਣ ਦਾ ਪ੍ਰੋਸੈਸ ਆ ਜਿਹੜਾ ਅਸੀਂ ਅਮਰੀਕਾ ਤੋਂ ਲਿਆ ਵਾ ਠੀਕ ਹੈ 72 ਫਿਰ 72 ਦੇ ਵਿੱਚ ਰਾਸ਼ਟਰਪਤੀ ਦੀਆਂ ਮਾਫੀ ਸ਼ਕਤੀਆਂ ਆ ਜਾਂਦੀਆਂ ਵਾ ਰਾਸ਼ਟਰਪਤੀ ਦਾ ਕਾਰਜਕਾਲ 5 ਸਾਲਾਂ ਦਾ ਹੁੰਦਾ ਤੇ ਉਮਰ 35 ਸਾਲ ਹੋਣੀ ਚਾਹੀਦੀ ਆ ਨੈਕਸਟ ਕੁਐਸਚਨ ਜੇਕਰ ਆਪਾਂ ਬ੍ਰਹਿਮੰਡ ਦੇ ਵਿੱਚ ਧਰਤੀ ਨੂੰ ਵੇਖਿਆ ਤਾਂ ਆਪਣਾ ਆਪਾਂ ਨੂੰ ਅਸਮਾਨ ਕਿਹੋ ਜਿਹਾ ਨਜ਼ਰ ਆਵੇਗਾ ਹਾਂਜੀ ਜੇਕਰ ਬ੍ਰਹਿਮੜ ਦੇ ਵਿੱਚ ਧਰਤੀ ਨੂੰ ਵੇਖਿਆ ਜਾਂਦਾ ਵਾ ਤਾਂ ਆਪਾਂ ਨੂੰ ਅਸਮਾਨ ਆ ਜਿਹੜਾ ਉਹ ਕਾਲਾ ਨਜ਼ਰ ਆਵੇਗਾ ਆਪਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਹਾਂਜੀ ਨੈਕਸਟ ਤੁਸੀਂ ਦੇਖ ਸਕਦੇ ਹੋ ਰੈੱਡ ਗ੍ਰੀਨ ਅਤੇ ਬਲੂ ਇਹ ਸਾਡੇ ਕੋਲੇ ਪ੍ਰਾਇਮਰੀ ਰੰਗ ਹੁੰਦੇ ਆ ਇਨ੍ਹਾਂ ਰੰਗਾਂ ਨੂੰ ਮਿਲ ਕੇ ਦੂਸਰੇ ਰੰਗ ਬਣਾਏ ਜਾਂਦੇ ਆ ਪਰ ਹੋਰਾਂ ਰੰਗਾਂ ਤੋਂ ਅਸੀਂ ਕਦੇ ਵੀ ਇਹ ਰੰਗ ਨਹੀਂ ਬਣਾ ਸਕਦੇ ਸਾਨੂੰ ਰੱਬ ਦਾ ਰੰਗ ਨੀਲਾ ਸਮੁੰਦਰ ਕਰਕੇ ਹੀ ਦਿਸਦਾ ਹੈ ਠੀਕ ਹੈ ਨੈਕਸਟ ਕੁਐਸਚਨ ਹੈ ਜੀ ਸਭ ਤੋਂ ਪਹਿਲਾਂ ਉਹ ਕਿਹੜਾ ਸਹਿਰ ਆ ਜਿੱਥੇ ਮੈਟਰੋ ਟ੍ਰੇਨ ਚਲਾਈ ਗਈ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਦਿੱਲੀ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਮੈਟਰੋ ਟ੍ਰੇਨ ਚਲਾਈ ਗਈ ਸੀ ਠੀਕ ਹੈ ਲਾਲ ਕਿਲਾ ਹਮਾਜੋ ਦਾ ਮਕਬਰਾ ਕੁੱਤਬ ਮਿਨਾਰ ਇੰਡੀਆ ਗੇਟ ਪਰ ਗੇਟਵੇ ਆਫ ਇੰਡੀਆ ਇਹ ਵੀ ਕਿੱਥੇ ਆ ਮੁੰਬਈ ਦੇ ਵਿੱਚ ਮੁੰਬਈ ਦੇ ਵਿੱਚ ਤੇ ਹైదరాబాద్ ਨੂੰ ਹਾਈ ਟੈਕ ਸਿਟੀ ਵੀ ਕਿਹਾ ਜਾਂਦਾ ਹੈ ਠੀਕ ਹੈ ਨੈਕਸਟ ਕੁਐਸਚਨ ਹੈ ਭਾਰਤੀ ਰੇਲਵੇ ਦੀ ਸਥਾਪਨਾ ਕਿਸ ਸਾਲ ਕੀਤੀ ਗਈ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ B 1853 ਦੇ ਵਿੱਚ ਹਾਂਜੀ ਇਹ ਟ੍ਰੇਨ ਦਲਹੌਜੀ ਦੇ ਸਮੇਂ ਮੁੰਬਈ ਤੇ ਥਾਣਾ ਤੱਕ ਚਲਾਈ ਗਈ ਸੀ ਇਸ ਤੋਂ ਪਹਿਲਾਂ ਸੌਰੀ ਇਸ ਤੋਂ ਬਾਅਦ 1854 ਦੇ ਵਿੱਚ ਪੋਸਟ ਆਫਿਸ ਦੀ ਸਥਾਪਨਾ ਕੀਤੀ ਗਈ ਸੀ ਪਹਿਲੇ ਰੇਲਵੇ ਮਿਨਿਸਟਰ ਜੋਹਨ ਮੈਥਾਈ ਸੀ ਪੰਜਾਬ ਦੇ ਵਿੱਚ ਪਹਿਲੀ ਟ੍ਰੇਨ 1863 ਦੇ ਵਿੱਚ ਚਲਾਈ ਗਈ ਸੀ ਇਹ ਲਾਹੌਰ ਤੋਂ ਅੰਮ੍ਰਿਤਸਰ ਤੱਕ ਚਲਾਈ ਗਈ ਸਾਰੇ ਇੰਡੀਆ ਦੇ ਵਿੱਚ ਟੋਟਲ ਰੇਲਵੇ ਜ਼ੋਨ ਕਿੰਨੇ ਆ 18 ਨੈਕਸਟ ਕੁਐਸਚਨ ਹੈ ਜੀ ਭਾਰਤ ਦੇ ਵਿੱਚ ਇਨ੍ਹਾਂ ਵਿੱਚੋਂ ਕਿਹੜਾ ਬਜਟ ਚੱਲਦਾ ਹੈ ਹਾਂਜੀ ਭਾਰਤ ਦੇ ਵਿੱਚ ਇਨ੍ਹਾਂ ਦੇ ਵਿੱਚ ਜ਼ੀਰੋ ਬਜਟ ਚੱਲਦਾ ਵਾ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ ਠੀਕ ਹੈ ਨੈਕਸਟ ਕੁਐਸਚਨ ਭਾਰਤ ਦੇ ਪਹਿਲੇ ਅੰਤਰਿਕਸ਼ ਦੇ ਨਾਮ ਵਿੱਚ ਜਾਣ ਵਾਲੇ ਕੌਣ ਸਨ ਹਾਂਜੀ ਭਾਰਤ ਦੇ ਪਹਿਲੇ ਅੰਤਰਿਕਸ਼ ਦੇ ਵਿੱਚ ਜਾਣ ਵਾਲੇ ਕੌਣ ਸਨ ਰਕੇਸ਼ ਸ਼ਰਮਾ ਆਪਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਨੈਕਸਟ ਹਾਂਜੀ ਤੁਸੀਂ ਦੇਖ ਸਕਦੇ ਹੋ ਭਾਰਤ ਦਾ ਪਹਿਲਾ ਤੇ ਆਖਰੀ ਆਜ਼ਾਦ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਰਾਜ ਕੋਪਾਲ ਆਚਾਰੀਆ ਫਰਸਟ ਇੰਡੀਅਨ ਟੂ ਗੈਟ ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਨੋਵਲ ਪ੍ਰਾਈਜ਼ ਆਫ ਫਿਜ਼ਿਕਸ ਦੇ ਵਿੱਚ ਕਿਹਨੂੰ ਮਿਲਿਆ ਸੀਗਾ ਸਭ ਤੋਂ ਪਹਿਲਾਂ ਵੀਰਮਣਾ ਨੂੰ ਕਦੋਂ ਮਿਲਿਆ ਸੀ 1930 ਦੇ ਵਿੱਚ ਹਾਂਜੀ ਨੈਕਸਟ ਕੁਐਸ਼ਨ ਫਰਸਟ ਇੰਡੀਅਨ ਟੂ ਗੈਟ ਨੋਵਲ ਪ੍ਰਾਈਜ਼ ਇਕਨੋਮਿਕਸ ਇਕਨੋਮਿਕਸ ਦੇ ਵਿੱਚ ਨੋਵਲ ਪ੍ਰਾਈਜ਼ ਸਭ ਤੋਂ ਪਹਿਲਾਂ ਕਿਹਨੇ ਲਿਆ ਸੀਗਾ ਕਿਹਨੂੰ ਮਿਲਿਆ ਸੀਗਾ ਡਾਕਟਰ ਅਮਰਤੀਆ ਸែន ਨੂੰ ਆਪਸ਼ਨ ਨੈਕਸਟ ਕੁਐਸ਼ਨ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਹੈੱਡ ਕੁਆਰਟਰ ਕਿੱਥੇ ਸਥਿਤ ਹੈ ਹਾਂਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਹੈੱਡ ਕੁਆਰਟਰ ਹਗੂ ਇਹਦੇ ਵਿੱਚ ਸਥਿਤ ਹੈ অপਸ਼ਨ ਨੰਬਰ ਡੀ ਇਜ਼ ਦਾ রাইਟ ਆਂਸਰ ਠੀਕ ਹੈ ਇਹ ਨੀਦਰਲੈਂਡ ਦੇ ਵਿੱਚ ਆ ਤੇ ਆਈ ਐਲਓ ਦਾ ਹੈੱਡ ਕੁਆਰਟਰ ਜਨੇਵਾ ਦੇ ਵਿੱਚ ਆ ਆਈ ਐਮ ਐਫ ਦਾ ਹੈੱਡ ਕੁਆਰਟਰ ਵਾਸ਼ਿੰਗਟਨ ਡੀ ਸੀ ਦੇ ਵਿੱਚ ਆ ਯੂਨੀਸੇਫ ਦਾ ਹੈੱਡ ਕੁਆਰਟਰ ਨਿਊਯਾਰਕ ਦੇ ਵਿੱਚ ਆ ਐਫ ਏਓ ਦਾ ਹੈੱਡ ਕੁਆਰਟਰ ਰੋਮ ਦੇ ਵਿੱਚ ਆ ਡਬਲਯੂ ਐਚਓ ਦਾ ਹੈੱਡ ਕੁਆਰਟਰ ਜਨੇਵਾ ਦੇ ਵਿੱਚ ਆ ਨੈਕਸਟ ਕੁਐਸਚਨ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਇਥੇ ਰਾਸ਼ਟਰੀ ਹਿੰਦੀ ਦਿਵਸ ਦੀ ਗੱਲ ਹੋ ਰਹੀ ਹੈ ਠੀਕ ਹੈ ਵਿਸ਼ਵ ਹਿੰਦੀ ਦਿਵਸ ਜਿਵੇਂ ਕਿ 10 ਜਨਵਰੀ ਨੂੰ ਮਨਾਇਆ ਜਾਂਦਾ ਵਾ ਇਥੇ ਰਾਸ਼ਟਰੀ ਦੀ ਗੱਲ ਹੋ ਰਹੀ ਹੈ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ ਵਾ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੋਵੇਗਾ ਏ 14 ਸਪਟੈਂਬਰ ਨੂੰ ਠੀਕ ਹੈ ਹਾਂਜੀ 1 ਜਨਵਰੀ ਨੂੰ ਗਲੋਬਲ ਫੈਮਿਲੀ ਡੇ ਮਨਾਇਆ ਜਾਂਦਾ ਵਾ 12 ਜਨਵਰੀ ਨੂੰ ਨੈਸ਼ਨਲ ਜੂਥ ਡੇ ਮਨਾਇਆ ਜਾਂਦਾ 15 ਜਨਵਰੀ ਨੂੰ ਇੰਡੀਅਨ ਆਰਮੀ ਦਿਵਸ ਮਨਾਇਆ ਗਿਆ 23 ਜਨਵਰੀ ਨੂੰ 19 23 ਜਨਵਰੀ 1948 ਨੂੰ ਨਥੂ ਰਾਮ ਗੌਂਦਸੇ ਨੇ ਮਹਾਤਮਾ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ ਸੀ ਨੈਕਸਟ 1857 ਦੇ ਵਿਦਰੋਹ ਦੇ ਸਮੇਂ ਉਹ ਕਿਹੜਾ ਅੰਗਰੇਜ਼ ਸੀ ਜੋ ਕਿ ਭਾਰਤੀਆਂ ਦੇ ਵੱਲੋਂ ਮੰਗਲ ਪਾਂਡੇ ਦੇ ਨਾਲ ਰਲ ਰਲ ਕੇ ਲੜਿਆ ਸੀ ਤੇ ਇਸ ਕੁਸ਼ਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ ਬਿਲੀਅਮ ਗਾਰਡਨ ਬਿਲੀਅਮ ਗਾਰਡਨ 1857 ਦੇ ਵਿਦਰੋਹ ਦੇ ਵਿੱਚ ਲੜਿਆ ਸੀਗਾ ਠੀਕ ਹੈ ਅੰਗਰੇਜ਼ ਗਵਰਨਰ ਸੀਗਾ ਇਹ ਜਿਹੜਾ ਕਿ ਮੰਗਲ ਪਾਣੀ ਦੇ ਨਾਲ ਰਲ ਕੇ ਲੜਿਆ ਸੀ ਨੈਕਸਟ ਕੁਐਸਚਨ ਇਹ ਕਿਹੜਾ ਦੇਸ਼ ਹੈ ਜੋ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਆਪਣੀ ਸਰਹੰਦ ਨੂੰ ਟੱਚ ਕਰਦਾ ਹੈ ਹਾਂਜੀ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਟੱਚ ਕਰਦਾ ਹੈ ਆਪਣੀ ਸਰਹੰਦ ਨੂੰ ਚਾਈਨਾ ਏ অপਸ਼ਨ রাইਟ आंसर है चाइना ਜਿਹੜਾ ਇਹ ਸਭ ਤੋਂ ਜ਼ਿਆਦਾ ਦੇਸ਼ਾਂ ਨੂੰ ਟੱਚ ਕਰਦਾ ਵਾ ਕਿੰਨੇਆਂ ਨੂੰ ਕਰਦਾ ਵਾ 14 ਦੇਸ਼ਾਂ ਨੂੰ ਕਰਦਾ ਵਾ ਇਹ ਵੀ ਤੁਸੀਂ ਯਾਦ ਰੱਖਣਾ ਹਾਂਜੀ ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਾਲੀ ਫਲਾਈਨ ਕਿਹਾ ਜਾਂਦਾ ਵਾ ਇੰਡੀਆ ਤੇ ਚਾਈਨਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਮੈਕਮੋਹਨ ਲਾਈਨ ਕਿਹਾ ਜਾਂਦਾ ਵਾ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਡੁਰੰਡ ਲਾਈਨ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹైదరాబాద్ ਕਿਸ ਨਦੀ ਦੇ ਕਿਨਾਰੇ ਸਥਿਤ ਆ ਹਾਂਜੀ ਹైదరాబాద్ ਮੂਸੀ ਨਦੀ ਦੇ ਕਿਨਾਰੇ ਸਥਿਤ ਆ ਆਪਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਇਹ ਸ਼ਹਿਰ ਹైదరాబాద్ ਸ਼ਹਿਰ ਆ ਜਿਹੜਾ ਕੁੱਲੀ ਕੁਤਲਬ ਸਾਣੀ ਬਸਾਇਆ ਸੀ ਠੀਕ ਹੈ ਨੈਕਸਟ ਤੁਸੀਂ ਦੇਖ ਸਕਦੇ ਹੋ ਕਿ ਕਿਹੜਾ ਸ਼ਹਿਰ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ ਪਹਿਲਾਂ ਤੁਸੀਂ ਦੇਖ ਸਕਦੇ ਹੋ ਜਮ ਸੇਦਪੁਰ ਇਹ ਕਿੱਥੇ ਸਥਿਤ ਆ ਸੂਰਨਾਰੀਖਾ ਦੇ ਕਿਨਾਰੇ ਸਥਿਤਾ ਦਿੱਲੀ ਜਮਨਾ ਦੇ ਕਿਨਾਰੇ ਸਥਿਤਾ ਕਾਨਪੁਰ ਗੰਗਾ ਦੇ ਕਿਨਾਰੇ ਸਥਿਤਾ ਸੂਰਤ ਤਾਪਰੀ ਦੇ ਕਿਨਾਰੇ ਸਥਿਤਾ ਫਿਰੋਜ਼ਪੁਰ ਸਤਲੁਜ ਦੇ ਕਿਨਾਰੇ ਸਥਿਤਾ ਅਲਾਹਾਬਾਦ ਗੰਗਾ ਤੇ ਜਮਨਾ ਦੇ ਕਿਨਾਰੇ ਸਥਿਤਾ ਬਾਰਾਨਾਸੀ ਗੰਗਾ ਦੇ ਕਿਨਾਰੇ ਸਥਿਤਾ ਹਰੀਦੁਆਰ ਗੰਗਾ ਦੇ ਕਿਨਾਰੇ ਸਥਿਤਾ ਠੀਕ ਹੈ ਬਦਰੀਨਾਥ ਹਲਕਨੰਦਾ ਦੇ ਕਿਨਾਰੇ ਸਥਿਤਾ ਪਟਨਾ ਵੀ ਗੰਗਾ ਦੇ ਕਿਨਾਰੇ ਸਥਿਤਾ ਕੋਟਾ ਚੰਬਲ ਦੇ ਕਿਨਾਰੇ ਸਥਿਤਾ ਠੀਕ ਹੈ ਲੁਧਿਆਣਾ ਸਤਲੁਜ ਦੇ ਕਿਨਾਰੇ ਸਥਿਤਾ ਸ਼ਰੀ ਨਗਰ ਜੇਲਮ ਦੇ ਕਿਨਾਰੇ ਸਥਿਤਾ ਅਯੁੱਧਿਆ ਸਾਰੀਓ ਦੇ ਕਿਨਾਰੇ ਸਥਿਤਾ ਅਹਮਦਾਬਾਦ ਕਿੱਥੇ ਸਥਿਤਾ ਸਬਰਮਤੀ ਦੇ ਕਿਨਾਰੇ ਸਥਿਤਾ ਜਵਾਲਪੁਰ ਕਿੱਥੇ ਸਥਿਤਾ ਨਰਮਦਾ ਦੇ ਕਿਨਾਰੇ ਸਥਿਤਾ ਪੰਜੀ ਕਿੱਥੇ ਸਥਿਤਾ ਮੰਦਵੀ ਦੇ ਕਿਨਾਰੇ ਸਥਿਤਾ ਉਜੇਨ ਕਿੱਥੇ ਸਥਿਤਾ ਕਸ਼ੀਪੁਰਾ ਦੇ ਕਸ਼ੀਪਰਾ ਦੇ ਸਥਿਤਾ ਠੀਕ ਹੈ ਦੁਰ ਦੁਰਭਾਤੀ ਕਿੱਥੇ ਸਥਿਤਤਾ ਬ੍ਰਹਮਾ ਪੁੱਤਰਾ ਦੇ ਕਿਨਾਰੇ ਸਥਿਤਤਾ ਕੋਲਕੱਤਾ ਹੁਗਲੀ ਦੇ ਕਿਨਾਰੇ ਸਥਿਤਤਾ ਕਾਟਕ ਮਹਾਨਦੀ ਦੇ ਕਿਨਾਰੇ ਸਥਿਤਾ 나শিক গোਦਾਵਰੀ ਦੇ ਕਿਨਾਰੇ ਸਥਿਤਾ ਲਖਨਊ ਗੋਮਤੀ ਨਦੀ ਦੇ ਕਿਨਾਰੇ ਸਥਿਤਾ ਹਾਂਜੀ ਨੈਕਸਟ ਕੁਐਸਚਨ ਹੈ ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣਿਆ ਸੀ ਹਾਂਜੀ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਦੋਂ ਬਣਾਇਆ ਗਿਆ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ 1911 ਦੇ ਵਿੱਚ 1911 ਦੇ ਵਿੱਚ ਦਿੱਲੀ ਭਾਰਤ ਦੀ ਰਾਜਧਾਨੀ ਬਣੀ ਸੀ 9 ਜਨਵਰੀ 1915 ਨੂੰ ਗਾਂਧੀ ਜੀ ਸਾਊਥ ਅਮਰੀਕਾ ਤੋਂ ਵਾਪਸ ਆਏ ਸੀ ਇਸ ਦਿਨ ਉਹਨਾਂ ਨੇ ਆਪ ਆણો ਭਾਰਤੀ ਪ੍ਰਵਾਸੀ ਦਿਵਸ ਦੇ ਨਾਮ ਨਾਲ ਮਨਾਏ ਮਨਾਉਨੇ ਆ ਸੀ 9 ਜਨਵਰੀ ਨੂੰ ਠੀਕ ਹੈ ਦਿੱਲੀ ਤੋਂ ਪਹਿਲਾਂ ਜਿਹੜੀ ਸਾਡੀ ਰਾਜਧਾਨੀ ਸੀ ਉਹ ਕਿਹੜੀ ਸੀਗੀ ਕਲਕੱਤਾ ਸੀ ਇਹ ਵੀ ਤੁਸੀਂ ਯਾਦ ਰੱਖਣਾ ਆਂਕੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ